4 ਨਵੰਬਰ 2015 ਨੂੰ ਮੋਗਾ ਦੇ ਪਿੰਡ ਮੱਲੇਕੇ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਅੱਜ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਮੋਗਾ ਦਾ ਵਿਸ਼ੇਸ਼ ਤੌਰ 'ਤੇ ਦੌਰਾ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਦਿਨ ਪਹਿਲਾਂ ਇਸ ਮਾਮਲੇ ਵਿੱਚ ਮੁੱਖ ਗਵਾਹ ਗੁਰਸੇਵਕ ਸਿੰਘ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦੇ ਚੱਲਦਿਆਂ ਉਸ ਨੂੰ 2 ਲੱਖ ਦਾ ਚੈੱਕ ਵੀ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਗੁਰਸੇਵਕ ਸਿੰਘ ਵੱਲੋਂ ਚੈੱਕ ਨੂੰ ਜਨਤਕ ਕੀਤਾ ਗਿਆ ਸੀ। ਮੋਗਾ ਪਹੁੰਚੇ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਪਹਿਲਾਂ ਬਾਦਲ ਸਰਕਾਰ ਅਤੇ ਹੁਣ ਕੈਪਟਨ ਸਰਕਾਰ ਨੇ ਵੀ ਅਜੇ ਤੱਕ ਕੁਝ ਨਹੀਂ ਕੀਤਾ ਹੈ। ਉਹਨਾਂ ਮੰਗ ਕੀਤੀ ਹੈ ਕਿ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ CIA ਦੇ ਹਵਾਲੇ ਕੀਤਾ ਜਾਵੇ ਅਤੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇ। ਉਹਨਾਂ ਕਿਹਾ ਹੈ ਕਿ ਇਸ ਤੋਂ ਬਾਅਦ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਸਾਰੇ ਮਾਮਲੇ ਇੱਕਦਮ ਸਾਫ਼ ਹੋ ਜਾਣਗੇ। ਪਿੰਡ ਮੱਲਕੇ ਵਿੱਚ 4/11/2015 ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਹੋਈ ਸੀਗੀ, ਉਹਦੇ ਸੰਬੰਧ ਵਿੱਚ ਅੱਜ ਸਾਡੀ ਤਰੀਕ ਸੀਗੀ, 23 ਗਵਾਹ ਜੀ ਬੈਠੀ ਸੀਗੀ ਤੇ ਉਹਨਾਂ ਨੇ ਪਹਿਲਾਂ ਮੈਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਕਿ 2 ਲੱਖ ਦਾ ਚੈੱਕ ਦਿੱਤਾ, 2 ਲੱਖ ਰੁਪਇਆ ਕਹਿੰਦੇ ਜਦੋਂ ਗੋਹੇ ਮੁੱਕਰੇਗਾ ਤੈਨੂੰ 2 ਹਜ਼ਾਰ ਦੇਵਾਂਗੇ, ਨਾਲ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ, ਗੋਹੇ ਤੋਂ ਮੁਕਰਾਉਣ ਵਾਲੇ ਰਿਸ਼ਵਤ ਦਿੱਤੀ ਜਾ ਰਹੀ ਹੈ। ਜ਼ਿੰਮੇਵਾਰੀ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਜਿਹੜਾ ਚਾਹੇ ਬਾਦਲ ਸਰਕਾਰ ਚਾਹੇ ਕੈਪਟਨ ਸਰਕਾਰ ਆ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਹੋਣਾ ਚਾਹੀਦਾ। ਚਾਹੇ ਕੋਈ ਧਾਰਮਿਕ ਆਗੂ ਹੈ, ਚਾਹੇ ਰਾਜਨੀਤਿਕ ਆ, ਚਾਹੇ ਕੋਈ ਬਾਦਲ ਦਲ ਆ ਅਤੇ ਚਾਹੇ ਕੈਪਟਨ ਸਰਕਾਰ ਕਾਂਗਰਸ ਸਰਕਾਰ, ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ 'ਤੇ ਰਾਜਨੀਤੀ ਕਰੂਗਾ ਉਹ ਗੁਰੂ ਨਾਨਕ ਦੇ ਘਰ 'ਚ ਬਖਸ਼ਿਆ ਨਹੀਂ ਜਾਊਗਾ, ਉਹਨੂੰ ਆਪਣੇ ਜਿਹੜੇ ਇਹ ਗੁਨਾਹ ਦੀ ਸਜ਼ਾ ਜਿਹੜੀ ਆ ਗੁਰੂ ਨਾਨਕ ਦੇ ਘਰ 'ਚੋਂ ਜ਼ਰੂਰ ਮਿਲੂ, ਕਿਉਂਕਿ ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ। ਬਾਦਲਾਂ ਨੇ ਵੀ 1.5 ਸਾਲ ਦਬਾ ਕੇ ਰੱਖਿਆ ਸੀ ਪਰ ਬਾਦਲਾਂ ਦਾ ਸੱਚ ਵੀ ਸਾਹਮਣੇ ਆ ਗਿਆ, ਡੇਰੇ ਸਰਸੇ ਦੇ ਪੈਰੋਕਾਰਾਂ ਨੇ ਵੀ ਸੱਚ ਨੂੰ ਦਬਾ ਕੇ ਰੱਖਿਆ ਸੀ, ਉਹਨਾਂ ਦਾ ਵੀ ਸੱਚ ਸਾਹਮਣੇ ਆ ਗਿਆ। ਅਤੇ ਜੇ ਕੈਪਟਨ ਸਰਕਾਰ ਉਹਨਾਂ ਨਾਲ ਕੋਈ ਬਾਦਲਾਂ ਨਾਲ ਜਾਂ ਦੋਸ਼ੀਆਂ ਨਾਲ ਡੇਰੇ ਸਰਸੇ ਵਾਲਿਆਂ ਨਾਲ ਇੱਥੇ ਦੋਸਤੀ ਦੀ ਗੱਲ ਕਰੂਗੀ ਤਾਂ ਇਹ ਵੀ ਸੱਚ ਸਾਹਮਣੇ ਆ ਜਾਣਾ, ਇਸ ਕਰਕੇ ਫਿਰ ਜਿਹੜਾ ਓੜਕ ਸੱਚ ਰਹੀ ਵਾਲੀ ਗੱਲ ਆ, ਜਿਹੜਾ ਵੀ ਬੇਅਦਬੀ ਦੇ ਮਸਲੇ 'ਤੇ ਰਾਜਨੀਤੀ ਕਰੂਗਾ ਉਹ ਗੁਰੂ ਨਾਨਕ ਦੇ ਘਰ 'ਚ ਨਹੀਂ ਬਖਸ਼ਿਆ ਜਾਊਗਾ ਅਤੇ ਨਾ ਹੀ ਉਹਨੂੰ ਪੰਜਾਬ ਦੇ ਲੋਕ ਬਖਸ਼ਣ। ਦੱਸਿਆ ਜਾ ਰਿਹਾ ਜੀ ਵੀ ਜਿਹੜੇ ਜਿਨ੍ਹਾਂ ਨੇ ਚੈੱਕ ਦਿੱਤਾ ਸੀਗਾ ਜੀ ਉਹ ਵੀ ਕੱਲ੍ਹ ਪੁਲਿਸ ਨੇ ਹਿਰਾਸਤ 'ਚ ਲਏ ਆ ਬੰਦੇ, ਪੁਲਿਸ ਨੇ ਪੁਸ਼ਟੀ ਕੀਤੀ ਬਣਦਾ ਜੀ, ਬਕਾਇਦਾ ਉਹਨਾਂ ਦੇ ਉੱਤੇ FIR ਜਿਹੜੀ ਆ ਰਾਤ ਦੀ ਅਜੇ ਦਰਜ ਹੋਈ ਆ, FIR ਲਾਂਚ ਹੋ ਕੇ ਉਹਨਾਂ ਤੋਂ ਬਕਾਇਦਾ ਸੱਚਾਈ ਦੀ ਲੜੀ ਗਾਂਹ ਤੋਰਨੀ ਚਾਹੀਦੀ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਕਿਹਦੇ ਕਹਿਣ 'ਤੇ ਬੇਅਦਬੀ ਮੱਲਕੇ ਦੇ ਵਿੱਚ ਕੀਤੀ ਸੀ। ਜਿਹੜਾ 1 ਕਰੋੜ ਰੁਪਈਆ ਕਹਿੰਦੇ ਆ ਕਿ ਉਹ ਮਹਿੰਦਰਪਾਲ ਬਿੱਟੂ ਦੇ ਉਹਨਾਂ ਦੇ ਅਕਾਊਂਟ ਵਿੱਚ ਆਇਆ ਸੀ, ਉਹ ਕਿੱਥੇ ਕਿੱਥੇ ਡਿਸਟ੍ਰੀਬਿਊਟਰ ਕੀਤਾ ਗਿਆ, ਕਿੰਨਾ ਕਿੰਨਾ ਨੂੰ ਵੰਡਿਆ ਗਿਆ ਬੇਅਦਬੀ ਦੇ ਵਾਸਤੇ, ਇਹ ਸਾਰਾ ਸੱਚ ਇਹੋ ਜਿਹੇ ਬੰਦਿਆਂ ਦੇ ਕੋਲੋਂ ਆ ਸਕਦਾ ਜਿਹੜੇ ਇਹ ਪੈਸੇ ਕੋਈ ਗਲਤ ਕਮਾਈ ਦੇ ਤਾਂ ਹੈ ਨਹੀਂ ਆ, ਖੂਨ ਪਸੀਨੇ ਦੀ ਕਮਾਈ ਦੇ ਜਿਹੜੇ ਇੱਦਾਂ ਚੈੱਕ ਦਿੱਤੇ ਜਾ ਰਹੇ ਆ, ਇਹ ਡੇਰੇ ਸਰਸੇ ਵੱਲੋਂ ਬੇਅਦਬੀ ਕਰਨ ਵਾਸਤੇ ਜਿਹੜਾ 1 ਕਰੋੜ ਰੁਪਈਆ ਵੰਡਿਆ ਗਿਆ ਸੀ ਉਹਦੇ ਚੈੱਕ ਨੇ, ਅਤੇ ਇਹਦੀ ਸੱਚਾਈ ਕੱਢਣਾ ਸਰਕਾਰਾਂ ਦਾ ਕੰਮ ਆ, ਸਰਕਾਰਾਂ ਨੂੰ ਇਹਦੀ ਸੱਚਾਈ ਜਿਹੜੀ ਕੱਢਣੀ ਚਾਹੀਦੀ ਤਾਂ ਕਿ ਅਮਨ ਸ਼ਾਂਤੀ ਬਹਾਲ ਰਹੇ ਅਤੇ ਸਾਰੇ ਧਰਮਾਂ ਦਾ ਅਤੇ ਧਰਮ ਗ੍ਰੰਥਾਂ ਦਾ ਸਤਿਕਾਰ ਬਹਾਲ ਰਹੇ, ਚਾਹੇ ਕੋਈ ਹਿੰਦੂ ਆ, ਮੁਸਲਮਾਨ ਆ, ਸਿੱਖ ਆ, ਇਸਾਈ ਆ, ਚਾਹੇ ਉਹ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ, ਚਾਹੇ ਉਹ ਪਵਿੱਤਰ ਕੁਰਾਨ ਆ, ਚਾਹੇ ਉਹ ਬਾਈਬਲ ਆ ਅਤੇ ਚਾਹੇ ਗੀਤਾ, ਕਿਸੇ ਵੀ ਧਰਮ ਦੇ ਗ੍ਰੰਥ ਦੀ ਇਸ ਤਰ੍ਹਾਂ ਬੇਅਦਬੀ ਜਿਹੜੀ ਆ ਉਹ ਜਿਹੜੇ ਇਨਸਾਫ਼ ਪਸੰਦ ਲੋਕ ਅਤੇ ਗੁਰੂ ਕੇ ਸਿੱਖ ਉਹ ਬਰਦਾਸ਼ਤ ਨਹੀਂ ਕਰਦੇ, ਅਤੇ ਜਿਹੜੇ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਦੇ ਆ ਸਰਕਾਰਾਂ ਦਾ ਫਰਜ਼ ਆ ਕਿ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਕੀਤੇ ਗੁਨਾਹਾਂ ਦੀ ਸਜ਼ਾ ਦਿੱਤੀ ਜਾਵੇ, ਤਾਂ ਕਿ ਇੱਥੇ ਸਮੂਹ ਧਰਮਾਂ ਦਾ
ਤੇ ਸਮੂਹ ਧਰਮ ਗ੍ਰੰਥਾਂ ਦਾ ਮਾਣ ਸਤਿਕਾਰ ਵੀ ਬਹਾਲ ਰਹੇ ਤੇ ਅਮਨ ਸ਼ਾਂਤੀ ਜਿਹੜੀ ਆ ਸਾਡੇ ਸਮਾਜ ਦੇ ਵਿੱਚ ਬਰਕਰਾਰ ਰਹੇ। ਮੋਗਾ ਤੋਂ ਬਿੱਟੂ ਪੂਰਬਾ ਦੀ ਰਿਪੋਰਟ, ਪੰਜਾਬ ਟੂਡੇ।